ਜੇਕਰ ਤੁਸੀਂ ਆਸਟ੍ਰੇਲੀਆ ਦੇ ਰਿਲੇਟਿਵ ਸਬਕਲਾਸ ਵੀਜ਼ਾ 835 ਦੇ ਬਾਰੇ ਵਿੱਚ ਸੋਚ ਰਹੇ ਹੋ ਕਿ ਇਸ ਨੂੰ ਅਪਲਾਈ ਕੀਤਾ ਜਾਵੇ ਤਾਂ ਇੱਕ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਹੋ ਸਕਦਾ ਹੈ ਕਿ ਇਸ ਵੀਜ਼ਾ ਦੇ ਅਧੀਨ ਤੁਹਾਨੂੰ ਆਸਟ੍ਰੇਲੀਆ ਵਿੱਚ ਪੀਆਰ ਲੈਣ ਲਈ ਇੱਕ ਦੋ ਨਹੀਂ ਬਲਕਿ 50 ਸਾਲ ਤੱਕ ਦਾ ਇੰਤਜ਼ਾਰ ਕਰਨਾ ਪਵੇ ਜੀ ਹਾਂ ਇੱਕ ਖਬਰ ਤੁਹਾਨੂੰ ਡਰਾ ਨਹੀਂ ਰਹੀ ਬਲਕਿ ਤੁਹਾਨੂੰ ਦੱਸ ਰਹੀ ਹੈ ਕਿ ਉੱਥੇ ਕਿਸ ਤਰੀਕੇ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਅਸਲ ਦੇ ਵਿੱਚ ਮੈਲਬਨ ਵਿੱਚ ਰਹਿਣ ਵਾਲੇ ਹਰ ਸਿਮਰਨ ਸਿੰਘ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੋ ਕਿ ਪਿਛਲੇ ਲਗਭਗ 15 ਤੋਂ 20 ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਅਤੇ ਅਜੇ ਉਹਨਾਂ ਨੂੰ ਪੀਆਰ ਲੈਣ ਦੇ ਲਈ ਘੱਟੋ ਘੱਟ 50 ਸਾਲ ਦਾ ਇੰਤਜ਼ਾਰ ਹੋਰ ਕਰਨਾ ਪੈ ਸਕਦਾ ਹੈ ਇਹ ਕਹਿਣਾ ਹੈ ਖੁਦ ਹਰ ਸਿਮਰਨ ਸਿੰਘ ਦਾ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਸਮਾਂ ਸੀਮਾ ਦਿੱਤੀ ਗਈ ਹੈ ਅਸਲ ਵਿੱਚ ਹਰਸਿਮਰਨ ਦਾ ਭਾਰਤ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਨਹੀਂ ਰਿਹਾ ਸੀ ਜਿਸ ਤੋਂ ਬਾਅਦ ਉਸਨੇ 2010 ਵਿੱਚ ਆਸਟ੍ਰੇਲੀਆ ਦਾ ਰਿਲੇਟਿਵ ਵੀਜ਼ਾ ਸਬਕਲਾਸ 835 2010 ਦੇ ਵਿੱਚ ਅਪਲਾਈ ਕੀਤਾ ਬ੍ਰਿਜਿੰਗ ਵੀਜ਼ਾ ਤੇ 12 ਸਾਲ ਰਹਿਣ ਤੋਂ ਬਾਅਦ ਇਸ ਵੇਲੇ 36 ਸਾਲ ਦੇ ਹੋ ਚੁੱਕੇ ਹਰਸਿਮਰਨ ਨੂੰ ਹੁਣ ਥੋੜੀ ਉਮੀਦ ਜਾਗੀ ਹੈ ਕਿ ਸ਼ਾਇਦ ਉਸਦਾ ਮਾਮਲਾ ਜਲਦੀ ਨਿਪਟਾਲਿਆ ਜਾਏ ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਹਰਸਿਮਰਨ ਨੇ ਕਿਹਾ ਕਿ ਆਮ ਤੌਰ ਤੇ ਅਜਿਹੇ ਵੀਜ਼ਾ ਪ੍ਰੋਸੈਸ ਨੂੰ 12 ਤੋਂ 18 ਮਹੀਨੇ ਦਾ ਸਮਾਂ ਲੱਗਦਾ ਹੈ ਪਰ ਮੈਨੂੰ 50 ਸਾਲ ਇੰਤਜ਼ਾਰ ਕਰਨ ਲਈ ਕਿਹਾ ਗਿਆ ਏ ਤੇ ਜੇਕਰ 50 ਸਾਲ ਦਾ ਹਿਸਾਬ ਲਗਾਈਏ ਤਾਂ ਮੈਂ ਉਸ ਵੇਲੇ ਤਕਰੀਬਨ 86 ਸਾਲ ਦਾ ਹੋਊਗਾ ਜਦੋਂ ਮੈਨੂੰ ਆਸਟ੍ਰੇਲੀਆ ਦੀ ਪੀਆਰ ਮਿਲੇਗੀ ਜਾਂ ਫਿਰ ਹੋ ਸਕਦਾ ਹੈ ਕਿ ਮੈਂ ਉਸ ਉਮਰ ਤੱਕ ਜ਼ਿੰਦਾ ਹੀ ਨਾ ਰਹਾ। ਹਰਸਿਮਰਨ ਪਿਛਲੇ 20 ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਵੀਜ਼ਾ ਸਟੇਟਸ ਨੂੰ ਛੱਡ ਕੇ ਬਾਕੀ ਹਰ ਪੱਖੋਂ ਆਸਟ੍ਰੇਲੀਅਨ ਹੈ ਉਹ ਆਪਣੀ ਮਾਂ ਨਾਲ ਰਹਿੰਦਾ ਹੈ ਜਿਨ੍ਹਾਂ ਨੂੰ ਅਧਰੰਗ ਹੈ ਅਤੇ ਉਸ ਦੀ ਸਾਰੀ ਜ਼ਿੰਦਗੀ ਹੀ ਉਹਨਾਂ ਦੇ ਦੁਆਲੇ ਘੁੰਮਦੀ ਹੈ ਉਸ ਨੇ ਕਿਹਾ ਕਿ ਇਸ ਸਥਿਤੀ ਦੇ ਚੱਲਦਿਆਂ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਨਹੀਂ ਕਰ پا ਰਿਹਾ ਹਰਸਿਮਰਨ ਦਾ ਆਸਟ੍ਰੇਲੀਆ ਵਿੱਚ ਆਪਣਾ ਘਰ ਵੀ ਹੈ ਉਸ ਨੂੰ ਸਟੈਂਪ ਡਿਊਟੀ ਲਈ 60000 ਡਾਲਰ ਵੀ ਅਦਾ ਕਰਨੇ ਪਏ ਜੋ ਕਿ ਬਾਕੀ ਆਸਟ੍ਰੇਲੀਅਨ ਰੈਜ਼ੀਡੈਂਸ ਦੇ ਲਈ ਫ੍ਰੀ ਹੈ ਹਰਸਿਮਰਨ ਨੇ ਕਿਹਾ ਹੈ ਕਿ ਫੈਮਿਲੀ ਵੀਜ਼ਾ ਤੇ ਹਮੇਸ਼ਾ ਕ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਮਾਜ ਤੇ ਬੋਝ ਹਾਂ ਪਰ ਬਹੁਤ ਸਾਰੇ ਲੋਕ ਮੇਰੀ ਉਮਰ ਦੇ ਵੀ ਨੇ ਜੋ ਕਿ ਆਸਟ੍ਰੇਲੀਆ ਵਿੱਚ ਕੰਮ ਕਰਕੇ ਆਪਣਾ ਟੈਕਸ ਕਟਵਾ ਰਹੇ ਨੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਉਸਨੇ ਕਿਹਾ ਕਿ ਉਹ ਪਿਛਲੇ 15 ਸਾਲ ਤੋਂ ਆਸਟ੍ਰੇਲੀਆ ਵਿੱਚ ਕੰਮ ਕਰ ਰਿਹਾ ਹੈ ਅਤੇ ਆਪਣਾ ਬਣਦਾ ਟੈਕਸ ਕਟਵਾ ਰਿਹਾ ਹੈ ਪਰ ਮਨੁੱਖੀ ਅਧਿਕਾਰਾਂ ਦਾਖੀ ਉਹ ਲੋਕ ਜਿਨ੍ਹਾਂ ਦਾ ਆਸਟ੍ਰੇਲੀਆ ਨੂੰ ਛੱਡ ਕੇ ਕਿਤੇ ਹੋਰ ਕੋਈ ਵੀ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਨਹੀਂ ਹੈ ਉਹ ਆਸਟ੍ਰੇਲੀਆ ਦੇ ਰਿਮੇਨਿੰਗ ਰਿਲੇਟਿਵ ਵੀਜ਼ਾ ਲਈ ਐਲੀਜੀਬਲ ਹੁੰਦੇ ਨੇ ਇਹ ਅਦਰ ਫੈਮਿਲੀ ਕੈਟਾਗਰੀ ਦੇ 4 ਵੀਜ਼ਿਆਂ ਦੀ ਸ਼੍ਰੇਣੀ ਵਿੱਚੋਂ ਇੱਕ ਹੈ ਜਦੋਂ ਇਸ ਬਾਰੇ ਵਿੱਚ ਹੋਮ ਅਫੇਅਰਸ ਦੇ ਬੁਲਾਰੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜਿਹੀ ਸ਼੍ਰੇਣੀ ਵਿੱਚ ਆਉਣ ਵਾਲੇ ਵੀਜ਼ੇ ਕਈ ਚੀਜ਼ਾਂ ਤੇ ਨਿਰਭਰ ਕਰਦੇ ਨੇ ਜਿਵੇਂ ਕਿ ਉਹਨਾਂ ਦੇ ਪਵਿੱਖ ਉਮਰ ਅਤੇ ਰਿਸ਼ਤੇਦਾਰ ਤੇ ਨਿਰਪਰਤਾ ਵਗੈਰਾ ਦੇਖ ਕੇ ਹੀ ਇਹ ਜਾਰੀ ਕੀਤੇ ਜਾਂਦੇ ਨੇ ਅਤੇ ਜਦੋਂ ਇੱਕ ਵਾਰ ਤੈ ਨੰਬਰਾਂ ਤੇ ਇਹ ਪਹੁੰਚ ਜਾਂਦਾ ਹੈ ਤਾਂ ਹੋਰ ਵੀਜ਼ਾ ਜਾਰੀ ਨਹੀਂ ਕੀਤੇ ਜਾਂਦੇ ਇਸ ਮਾਮਲੇ ਵਿੱਚ ਸਰਕਾਰ ਕਈ ਮਾਪਦੰਡਾਂ ਦਾ ਖਿਆਲ ਰੱਖਦੀ ਹੈ ਜਿਨ੍ਹਾਂ ਦੇ ਆਧਾਰ ਤੇ ਹਰ ਸਾਲ ਵਕਫਾਕ ਸਟੇਟਸ ਅਤੇ ਸਰਕਾਰਾਂ ਨਾਲ ਮਿਲ ਕੇ ਇਸ ਲਈ ਲੈਵਲ ਪਲਾਨ ਤਿਆਰ ਕੀਤਾ ਜਾਂਦਾ ਹੈ 2013 ਤੋਂ ਪਹਿਲਾਂ 1280 ਵੀਜ਼ਾ ਜਾਰੀ ਕੀਤੇ ਜਾਂਦੇ ਸੀ ਅਤੇ ਹੁਣ ਇਹ ਕੈਪ ਘਟ ਕੇ 500 ਤੱਕ ਹੀ ਰਹਿ ਗਿਆ ਹੈ ਇਸ ਦਾ ਪ੍ਰੋਸੈਸਿੰਗ ਟਾਈਮ ਕਿਸੇ ਵੀ ਵਿਅਕਤੀ ਦੇ ਹਾਲਾਤਾਂ ਤੇ ਅਮਰਦੀ ਗੰਭੀਰਤਾ ਨੂੰ ਦੇਖ ਕੇ ਲਿਆ ਜਾਂਦਾ ਹੈ। ਅਥੀ ਦੂਜੇ ਪਾਸੇ ਮਲਬਨ ਦੇ ਗਲੋਬਲ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਸੋਲੂਸ਼ਨਸ ਤੇ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਇਹਨਾਂ ਦੇ ਨੰਬਰਾਂ ਵਿੱਚ ਵਾਧਾ ਹੋਣਾ ਜ਼ਰੂਰੀ ਹੈ ਅਤੇ ਇਸ ਲਈ ਇੱਕ ਨਿਸ਼ਚਿਤ ਸਮਾਂ ਸੀਮਾ ਤੈਅ ਕਰਨਾ ਵੀ ਲਾਜ਼ਮੀ ਹੈ ਤਾਂ ਜੋ ਸਹੀ ਸਮੇਂ ਤੇ ਸਾਰਥਕ ਨਤੀਜੇ ਦੇਖੇ ਜਾ ਸਕਣ ਪਿਛਲੇ 12 ਸਾਲਾਂ ਤੋਂ ਉਡੀਕ ਕਰ ਰਹੇ ਹਰਸਿਮਰਨ ਨੇ ਹੁਣ ਆਪਣੇ ਹਿਊਮਨਿਟੇਰੀਅਨ ਅਧਿਕਾਰਾਂ ਦੇ ਬਾਰੇ ਵਿੱਚ ਸਵਾਲ ਖੜੇ ਕੀਤੇ ਨੇ ਉਸਨੇ ਕਿਹਾ ਹੈ ਕਿ ਆਪਣੀ ਅੱਧੀ ਜ਼ਿੰਦਗੀ ਇੱਥੇ گزارਣ ਤੋਂ ਬਾਅਦ ਹੁਣ ਵਾਪਸ ਜਾਣ ਦਾ ਸਾਡਾ ਕੋਈ ਵੀ ਆਪਸ਼ਨ ਨਹੀਂ ਹੈ ਅਤੇ ਅਸੀਂ ਵਾਪਸ ਕਿਸ ਕੋਲ ਜਾਵਾਂਗੇ ਸਾਡਾ ਸਾਰਾ ਪਰਿਵਾਰ ਹੀ ਇੱਥ ਹਰ ਸਿਮਰਨ ਉਸ ਗਰੁੱਪ ਦਾ ਵੀ ਹਿੱਸਾ ਹੈ ਜੋ ਆਨਲਾਈਨ ਪਟੀਸ਼ਨ ਰਾਹੀਂ ਇਹਨਾਂ ਮਾਮਲਿਆਂ ਦੇ ਛੇਤੀ ਨਿਪਟਾਰੇ ਦੀ ਅਪੀਲ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਵळे ਆਸਟ੍ਰੇਲੀਆ ਦੇ ਵਿੱਚ ਇਹਨਾਂ ਵੀਜ਼ਿਆਂ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਬੈਕਲੌਗ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਸਮਾਂ ਜ਼ਿਆਦਾ ਲੱਗ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਸਰਕਾਰ ਨੂੰ ਇਹੀ ਅਪੀਲ ਕਰਦੇ ਨੇ ਕਿ ਉਹਨਾਂ ਲੋਕਾਂ ਦਾ ਦਰਦ ਸੁਣਿਆ ਜਾਵੇ ਅਤੇ ਇਹਨਾਂ ਦਾ ਹੱਲ ਕੱਢਿਆ ਜਾਵੇ ਜੋ ਇਸ ਵੀਜ਼ਾ ਕੈਟਾਗਰੀ ਅਧੀਨ ਆਉਂਦੇ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਰਹਿ ਕੇ ਟੈਕਸ ਅਦਾ ਕਰ ਰਹੇ ਨੇ ਬਿਊਰੋ ਰਿਪੋਰਟ ਹਮਦਰਦ ਨਿਊਜ਼